ਸਸੀਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸੰਸਰਦੀਪ ਸਿੰਘ ਹਾਂ ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਬਣੀ ਹੋਈ ਆ ਕਿਉਂਕਿ ਆਏ ਦਿਨ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਪੰਜਾਬ ਦੇ ਹਵਾਲਾਤੀ ਜਾਂ ਪੰਜਾਬ ਦੇ ਕੈਦੀ ਫਰਾਰ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਨੇ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਗ੍ਰਫਤਾਰ ਇੱਕ ਗੈਂਗਸਟਰ ਜਿਹੜਾ ਉਹ ਵੀ ਪੁਲਿਸ ਦੀ ਕਸਟਡੀ ਦੇ ਵਿੱਚੋਂ ਫਰਾਰ ਹੋ ਜਾਂਦਾ ਜਿਸ ਤੋਂ ਬਾਅਦ ਇਹ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਹੁਣ ਇੱਕ ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਲਿਆਂਦਾ ਗਿਆ ਇੱਕ ਹਵਾਲਾਤੀ ਪੁਲਿਸ ਦੀ ਕਸਟਡੀ ਦੇ ਵਿੱਚੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦਾ ਪਰ ਇਸ ਦੇ ਵਿੱਚ ਚੰਗੀ ਖਬਰ ਇਹ ਰਹਿੰਦੀ ਹੈ ਕਿ ਪੁਲਿਸ ਦੇ ਵੱਲੋਂ ਮੁਸ਼ਤੈਦੀ ਵਰਤਦੇ ਹੋਏ ਉਸ ਹਵਾਲਾਤੀ ਨੂੰ ਫਰਾਰ ਹੋਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਦਰਅਸਲ 302 ਦੇ ਪਰਚੇ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਇਹ ਹਵਾਲਾਤੀ ਜਿਹੜਾ ਉਸ ਨੂੰ ਜਦੋਂ ਮਾਨਯੋਗ ਜੱਜ ਸਾਹਿਬਾਨ ਦੇ ਸਾਹਮਣੇ ਪੇਸ਼ ਕਰਨ ਦੇ ਲਈ ਲਿਜਾਇਆ ਗਿਆ ਤਾਂ ਜਦੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਸ ਦੀ ਹਥਕੜੀ ਖੋਲੀ ਗਈ ਤਾਂ ਉਸ ਦੇ ਵੱਲੋਂ ਉਸ ਕੈਦੀ ਦੇ ਵੱਲੋਂ ਫਰਾਰ ਹੋਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਮੌਕੇ ਤੇ ਹੀ ਉਸ ਕੈਦੀ ਨੂੰ ਜਿਹੜਾ ਮੌਕੇ ਤੋਂ ਹੀ ਗ੍ਰਫਤਾਰ ਕਰ ਲਿਆ ਗਿਆ ਤੇ ਇੱਕ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਦੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਇਸ ਮਾਮਲੇ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਪਹਿਲਾਂ ਤਾਂ ਉਹ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਟਾਲਾ-ਵਟ ਦੇ ਨਜ਼ਰ ਆਏ ਤੇ ਉਹਨਾਂ ਦੇ ਵੱਲੋਂ ਹੁਣ ਸੀਨੀਅਰ ਅਧਿਕਾਰੀਆਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ ਕੀ ਕੁਝ ਕਹਿੰਦੇ ਨੇ ਪੁਲਿਸ ਅਧਿਕਾਰੀ ਇੱਕ ਵਾਰੀ ਉਹਨਾਂ ਦੀ ਜ਼ੁਬਾਨੀ ਤੁਸੀਂ ਵੀ ਸੁਣ ਲਓ 352 ਦਾ ਹੈਗਾ ਕੀ ਨਾਮ ਹੈ ਤਾਂ ਜੁਗੇਸ਼ ਦੌੜਿਆ ਨਹੀਂ ਫੜ ਲਿਆ ਦੌੜਿਆ ਨਹੀਂ ਗੇਟ ਦੇ ਵਿੱਚੋਂ ਅੰਦਰੋਂ ਨਿਕਲਿਆ ਬਾਹਰੋਂ ਕੈਚ ਕਰਿਆ ਕਿਹੜੀ ਹੈਗਾ ਫੜ ਕੇ ਲਿਆ ਇੱਥੋਂ ਫੜ ਲਿਆ ਬਾਹਰੋਂ ਮੇਨ ਗੇਟ ਤੋਂ ਕੀ ਕਾਰਨ ਹੋ ਗਿਆ ਕਿ ਮੁਲਾਜ਼ਮਾਂ ਦੀ ਕਿ ਢਿਲ ਮਠੀ ਅਜਨੇ ਕੰਮ ਕੀ ਕੀਤਾ ਤਾ ਟੁੱਟ ਗਿਆ ਜੀ ਜਨ ਸਾਹਿਬ ਦਾ ਜਦੋਂ ਪੇਸ਼ ਕਰਦੇ ਉਹਦੀ ਕੜੀ ਖੋਲੀ ਜਾਂਦੀ ਆ ਉਹਦਾ ਫਾਇਦਾ ਉਠਾ ਕੇ ਭੱਜਿਆ ਸੀ ਬਾਹਰ ਫੜ ਲਿਆ ਪਰ ਕੈਚ ਕੈਚ ਪਰ ਲਿਆ ਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅਗਲੀ ਕੋਈ ਕਾਰਵਾਈ ਕੀਤੀ ਕਿ ਕਾਰਵਾਈ ਅਫਸਰ ਆ ਰਹੇ ਫਿਰ ਦੇਖਦੇ ਜੋ ਵੀ ਕਾਰਵਾਈ ਮੁਲਾਜ਼ਮਾਂ ਤੇ ਵੀ ਕਾਰਵਾਈ ਹੋਊਗੀ ਜਿਹੜੀ ਇਹ ਨੈਗਲੀਜੈਂਸੀ ਉਹਨਾਂ ਦੀ ਵੀ ਆਈ ਹੈ ਕੋ ਸਾਹਮਣੇ ਜੋ ਅਫਸਰ ਕਹਿਣਗੇ ਜਾਇਜ਼ ਹੋਊਗਾ ਸਪੈਕਟ ਬਲਵਿੰਦਰ ਸਿੰਘ ਪੁਲਿਸ ਅਧਿਕਾਰੀਆਂ ਦੇ ਵੱਲੋਂ ਫਿਲਹਾਲ ਤਾਂ ਜਾਂਚ ਦੀ ਗੱਲ ਕਹੀ ਜਾ ਰਹੀ ਹੈ ਪਰ ਇਸ ਤਰ੍ਹਾਂ ਦੇ ਮਾਮਲੇ ਜਿਆਦਾ ਵਧਣ ਦੇ ਨਾਲ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਆਖਰ ਕਿਉਂ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਕਿ ਸੁਰੱਖਿਆ ਦੇ ਵਿੱਚ ਕੁਤਾਹੀ ਇਹਨਾਂ ਮਾਮਲਿਆਂ ਦੀ ਇੱਕ ਵਜ੍ਹਾ ਕਹੀ ਜਾ ਸਕਦੀ ਆਖਰਕਾਰ ਕਦੋਂ ਤੱਕ ਇਹ ਮਾਮਲੇ ਜਿਹੜੇ ਨੇ ਰੁਕਣਗੇ ਕਦੋਂ ਤੱਕ ਸੁਰੱਖਿਆ ਦੇ ਪੁਖਤਾ ਪ੍ਰਬੰਧ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਜਾਂ ਪੰਜਾਬ ਦੀਆਂ ਜੇਲਾਂਾਂ ਦੇ ਵਿੱਚ ਕਰ ਦਿੱਤੇ ਜਾਣਗੇ ਕਿਉਂਕਿ ਅਜਿਹੇ ਖੁੰਖਾਰ ਕੈਦੀ ਜਿਹੜੇ ਨੇ ਖੁੰਖਾਰ ਗੈਂਗਸਟਰ ਜਿਹੜੇ ਨੇ ਜੇਕਰ ਇਹ ਇਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਖੁੱਲ੍ਹੇਆਮ ਘੁੰਮਣਗੇ ਤਾਂ ਪੰਜਾਬ ਦਾ ਸੂਬੇ ਦਾ ਮਾਹੌਲ ਹੋਰ ਖਰਾਬ ਹੋ ਸਕਦਾ ਹੈ ਹਾਲਾਂਕਿ ਕੈਦੀ ਨੂੰ ਮੌਕੇ ਤੇ ਹੀ ਇਸ ਹਵਾਲਾਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਜੇਕਰ ਇਹ ਹਵਾਲਾਤੀ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦਾ ਤਾਂ ਫਿਰ ਸੋਚਿਆ ਜਾ ਸਕਦਾ ਹੈ ਕਿ ਪੰਜਾਬ ਦਾ ਮਾਹੌਲ ਇਸ ਦੇ ਵੱਲੋਂ ਵੀ ਖਰਾਬ ਕੀਤਾ ਜਾ ਸਕਦਾ ਸੀ ਹੁਣ ਜਾਂਚ ਦੀ ਗੱਲ ਇਸ ਸਾਰੇ ਮਾਮਲੇ ਦੇ ਵਿੱਚ ਕਹੀ ਜਾ ਰਹੀ ਆ ਕੀ ਜਾਂਚ ਹੋਵੇਗੀ ਕਿਸ ਦੇ ਵਿੱਚ ਕਸੂਰਵਾਰ ਕੌਣ ਨਿਕਲ ਕੇ ਆਵੇਗਾ ਇਹ ਤਾਂ ਕੀਤੀ ਜਾਣ ਵਾਲੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ